काबिल इहतराम उलमाए किराम और नहायत ही मुअज़्ज़ज़ सामईने किराम, मैं चिश्ती बरादरान नूं एक रिक्वेस्ट की। मैं कहा तुहाडे वालिद मोहतरम हज़रत मौलाना मुहम्मद अली चिश्ती साहब मेरे वर्गे निकम्मे बंदे को तकरीर जरूर कराते हैं, भावें दो लफज बना आते हैं वारिस जो बादल नूं। ते यार गल ए वे कि मैं सुनया है उलमा कोलों कि इमाम अहमद बिन हंबल फरमाउंदे सन कि साडी कदर साडी शिनाख्त साडा तारफ साडे जनाजे हुंदे ने, साडे जनाजे हुंदे ने। हजरत मौलाना दा तारफ उहनां दा जनाजा ही। मैं मुबारका नहीं करदा रावली दी तारीख दा सब तो वड्डा जनाजा। और मेरे वर्गा बंदा 3 बजे गया सी ते घर रात 7 बजे पहुंचे। एडा राय कोई ट्रैफिक जाम हो गई। ਮੈਨੂੰ ਇਮਾਮ ਅਹਿਮਦ ਬਿਨ ਹੰਬਲ ਰਹਿਮਤੁਲਾਹ ਦਾ ਕੌਲ ਯਾਦ ਆ ਗਿਆ ਕਿ ਅਗਰ ਸਾਨੂੰ ਪਹਿਚਾਣ ਲੈਣਾ ਸਾਡਾ ਤਾਰਫ ਕਰਨਾ ਅਸੀਂ ਕੀ ਹਾਂ ਅਤੇ ਸਾਡੇ ਜਨਾਜ਼ੇ ਦੇਖ ਲਓ। ਅਤੇ ਗੱਲ ਇਹ ਹੈ ਕਿ ਰਾਵਲੀ ਦੀ ਤਾਰੀਖ ਦੇ ਵਿੱਚ ਇੱਕ ਮੁਨਫਰਦ ਸ਼ਖਸੀਅਤ ਸੀ। ਮੈਂ ਇਸ ਤਰ੍ਹਾਂ ਇਹਨੂੰ ਲੈਣਾ ਕਿ ਅੱਜ ਤੋਂ 72 ਸਾਲ ਪਹਿਲਾਂ ਇੰਨੀ ਉਹਨਾਂ ਦੀ ਉਮਰ ਸੀ ਗੱਲ ਬਣ, ਇੱਕ ਸਤਾਰਾ ਤੁਰੂ ਹੋਇਆ ਦੀਨ ਦੇ ਉਫਕ ਦੇ ਉੱਤੇ, ਜਿਹੜਾ 60 ਸਾਲ ਚਮਕਿਆ ਤੇ ਚੰਗਾ ਚਮਕਿਆ 60 ਸਾਲ ਚਮਕਿਆ ਤੇ ਚੰਗਾ ਚਮਕਿਆ। ਮੈਨੂੰ ਕੱਲ੍ਹ ਕਿਸੇ ਦੀ ਬੜੀ ਗੱਲ ਪਿਆਰੀ ਲੱਗੀ ਕਿ ਅਸੀਂ ਤਰਲੇ ਮਾਰਨੇ ਹਾਂ ਮਦਰਸਿਆਂ ਵਾਲੇ ਕਿ ਯਾਰ ਇੱਕ ਬੱਚਾ ਦੇ ਦਿਓ ਅਸੀਂ ਹਾਫਜ਼ ਬਣਾਉਣਾ ਹੈ, ਤਰਲੇ ਮਾਰਨੇ ਹਾਂ। ਅਤੇ ਯਾਰ ਮੇਰੇ ਵਾਲਦ ਸਾਹਿਬ ਨੇ 8 ਦੇ 8 ਦੇ ਦਿੱਤੇ ਕਿ ਜਾਓ ਇਹਨਾਂ ਨੂੰ ਹਾਫਜ਼ ਵੀ ਬਣਾਓ ਅਤੇ ਆਲਮ ਵੀ ਬਣਾਓ ਅਤੇ ਨੇਕ ਵੀ ਬਣਾਓ ਅਤੇ ਡੇਰੇਦਾਰ ਵੀ ਬਣਾਓ ਅਤੇ ਸਮਾਜ ਦੀ ਖਿਦਮਤ ਕਰੋ। ਮੈਂ ਮਸਕੀਨ ਜਿਹਾ ਬੰਦਾ, ਮੈਂ ਜ਼ਿਆਦਾ ਵਕਤ ਨਹੀਂ ਦਿੰਦਾ, ਲੇਕਿਨ ਮੈਂ ਇੱਕ ਗੱਲ ਕਰਾਂਗਾ। ਮੌਲਾਨਾ ਸਾਹਿਬ ਨੇ 60 ਸਾਲ ਇਹ ਸਿਤਾਰਾ ਚਮਕਦੇ ਅਸਮਾਨ ਉਫਕ ਦੇ ਉੱਤੇ ਦੀਨ ਦੀ ਖਿਦਮਤ ਵਾਸਤੇ ਖੂਬ ਚਮਕਿਆ, ਖੂਬ ਗਰਜਿਆ, ਅਖੀਰ ਸਭ ਨੇ ਰੂਪ ਹੋ ਜਾਣਾ, ਇਹ ਤਾਰਾ ਵੀ ਕੱਲ ਰੂਪ ਹੋ ਗਿਆ। ਲੇਕਿਨ ਅੱਲਾ ਦੀ ਮਿਹਰਬਾਨੀ ਨਾਲ ਕਿੱਡਾ ਜੀ ਮੁਸ਼ਾਨ ਮਦਰਸਾ ਇਹ ਕੈਮ ਜੈਮ ਹੈ, ਇਹਨੂੰ ਸਾਂਭਣਗੇ, ਇਹਦੀ ਕਰਨਗੇ, ਔਰ ਅੱਲਾ ਦੀ ਮਿਹਰਬਾਨੀ ਨਾਲ ਦਿਨ ਤਿੰਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ। ਮੈਂ ਛੱਡੂ ਜੀ ਇੱਕੋ ਹੀ ਗੱਲ ਕਰੀ, ਮੈਨੂੰ ਇਸ਼ਾਰਾ ਹੋ ਰਿਹਾ ਕਿ ਬੜੇ ਉਲਾਮਾ ਸੀ, ਲੇਕਿਨ ਮੇਰਾ ਦਿਲ ਕਰਦਾ ਯਾਰ ਇਹਨਾਂ ਨੇ ਹਜ਼ਾਰਾਂ ਸਾਫੇ ਕੁਰਾਨ ਬਣਾਏ, ਦੀਨ ਦੀ ਖਿਦਮਤ ਕਰਨ ਵਾਸਤੇ ਉਲਾਮਾ ਹਜ਼ਾਰਾਂ ਬਣਾਏ। 60 ਸਾਲ ਕੋਲ ਥੋੜ੍ਹਾ ਕੰਮ ਨਹੀਂ ਹੁੰਦਾ, ਬਹੁਤ ਵੱਡਾ ਕੰਮ ਹੁੰਦਾ, ਲੇਕਿਨ ਇਹਨਾਂ ਦੀਆਂ ਸਮਾਜਿਕ ਖਿਦਮਤ ਵੀ ਬਹੁਤ ਜ਼ਿਆਦਾ ਨੇ। ਰਾਵਲੀ ਲੜਕੀਆਂ ਦਾ ਕਾਲਜ ਹੈ ਜੀ ਟੀ ਰੋਡ ਦੇ ਉੱਤੇ, ਸ਼ੇਰ ਸ਼ਾਹ ਸੂਰੀ ਦੀ ਬਣਾਈ ਹੋਈ ਸੜਕ ਦੇ ਉੱਤੇ ਗੁਜ਼ਰਦੇ ਨੇ ਲੋਕ ਤੇ ਵੇਖਦੇ ਨੇ, ਅਜ਼ੀਮ ਸ਼ਾਨ ਕਿਹਨੇ ਬਣਾਇਆ ਬਈ? ਇਹ ਮੌਲਾਨਾ ਮੁਹੰਮਦ ਅਲੀ ਸਾਹਿਬ ਦੀ ਕਿਆਦਤ, ਉਹਨਾਂ ਦੀ ਰਹਿਨਮਾਈ, ਬਲਕਿ ਮੈਂ ਨਾ ਸਾਰਾ ਕਰਾਇਆ ਨਹੀਂ ਉਹਨਾਂ ਦਾ, ਐਡਾ ਵੱਡਾ ਸਕੂਲ ਬਣਾਇਆ, ਇਹਦੇ ਇਲਾਵਾ ਬੋਆਏ ਸਕੂਲ, ਕਬਰਸਤਾਨ ਦੀ ਜਗ੍ਹਾ ਇਹ ਮੌਲਾਨਾ ਲੈ ਜਾਂਦੇ ਨੇ। ਸਾਡੇ ਇਲਾਕੇ ਦੇ ਵਿੱਚ ਐਡੀ ਮਹਿੰਗੀ ਜਗ੍ਹਾ ਮੌਲਾਨਾ ਸਾਹਿਬ ਨੇ 2 ਏਕੜ ਜਗ੍ਹਾ ਉਹਦੇ ਵਿੱਚ ਸ਼ਾਮਲ ਕਰਾਈ ਔਰ ਕਬਰਸਤਾਨ ਨੂੰ ਘਟਣ ਨਹੀਂ ਦਿੱਤਾ, ਹਾਲਾਂਕਿ ਐਡਾ ਵੱਡਾ ਆਬਾਦੀ ਹੈ, ਬਸਤੀ ਬੜੀ ਵੱਧ ਗਈ ਹੈ। ਇੰਨੇ ਸਮਾਜਿਕ ਕਾਰਕੁਨ ਨੇ ਕਿ ਮੈਂ ਕੀ ਦੱਸਾਂ।
ਕਰੋ ਮਿਹਰਬਾਨੀ ਤੂੰ ਮੈਂ ਲੈ ਲਓ, ਕਰੋ ਮਿਹਰਬਾਨੀ ਤੂੰ ਮੈਂ ਲੈ, ਖੁਦਾ ਮਿਹਰਬਾਨ ਵਰਸ਼ੇ ਬਰੀ ਪਰ ਇਹਨਾਂ ਦੇ ਖੁਦਾ ਮਿਹਰਬਾਨ ਹੈ, ਮਿਹਰਬਾਨ ਹੋਵੇਗਾ, ਬਹੁਤ ਮਿਹਰਬਾਨੀ। ਦੁਆ ਖਲੂਸ ਨਾ ਕਰਨੀ ਹੈ, ਜਿੱਡੇ ਪਿਆਰ ਦੇ ਮੁਹੱਬਤ ਨਾਲ ਉਹ ਸਾਡੇ ਵਾਸਤੇ ਦੁਆਵਾਂ ਕਰਦੇ ਹਨ, ਇੰਨੇ ਪਿਆਰ ਦੇ ਮੁਹੱਬਤ ਵਾਸਤੇ ਨਾਲ ਦੁਆ ਕਰਨੀ ਹੈ। ਅੱਲਾਹ ਉਹਨਾਂ ਨੂੰ ਜੰਨਤ ਉਲ ਫਿਰਦੌਸ ਆਲਾ ਦੁਆਲਾ ਮਕਾਮ ਦੇ। ਬਹੁਤ ਮਿਹਰਬਾਨੀ, ਸ਼ੁਕਰੀਆ।